ਸਾਡੇ ਨਾਲ ਨੇ ਸਰਦਾਰ ਅਮਰੀਕ ਸਿੰਘ ਜੀ ਵਿਕਾਸਪੁਰੀ ਅਸੀਂ ਉਹਨਾਂ ਨੂੰ ਜੀ ਆਏ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕ ਸਿੰਘ ਜੀ ਜਿਹੜੀ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਮਨਜਿੰਦਰ ਸਿੰਘ ਸਿਰਸਾ ਦੇ ਉੱਤੇ LOC ਜਿਹੜੀ ਹੋਈ ਹੈ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਆਪ ਜੀ ਨੂੰ ਪਤਾ ਹੀ ਹੈ ਜਦ ਤੇ ਕਾਬਿਜ ਨੇ ਇਹਨਾਂ ਨੇ ਸਿਰਫ ਤੇ ਸਿਰਫ ਝੂਠ ਦਾ ਪ੍ਰਚਾਰ ਕੀਤਾ ਹੈ ਪਹਿਲੇ ਸਰਨਾ ਸਾਹਿਬ ਜੀ ਤੋਂ ਟੈਲੀਕੇਸ਼ਨ ਲਾਇਆ ਕਿ ਪਾਰਕਿੰਗ ਵੇਚਤੀ ਹਸਪੀਟਲ ਵੇਚਤਾ ਇਹ ਸਾਬਿਤ ਨਹੀਂ ਕਰ ਪਾਏ ਇਹ ਤਾਂ ਹੋਣਾ ਹੀ ਸੀ ਇੱਕ ਦਿਨ ਤਾਂ ਸੱਚ ਸਾਹਮਣੇ ਆਉਣਾ ਹੀ ਸੀ ਅੱਜ ਸੱਚ ਸਾਹਮਣੇ ਆ ਗਿਆ ਸਰਕਾਰਾਂ ਨੇ ਵੀ ਮੰਨ ਲਿਆ ਕਿ ਇਹ ਬਿਲਕੁਲ ਕਰਪਟ ਨੇ ਬਿਲਕੁਲ ਧੋਖੇਬਾਜ਼ ਨੇ ਇਹਨਾਂ ਨੇ ਸੰਗਤ ਨੂੰ ਵੀ ਧੋਖਾ ਦਿੱਤਾ ਹੈ ਗੁਰੂ ਸਾਹਿਬਾਨਾਂ ਨੂੰ ਵੀ ਧੋਖਾ ਦਿੱਤਾ ਹੈ ਤੁਸੀਂ ਪਿਛਲੇ ਦਿਨ ਦੇਖਿਆ ਹੈਗਾ ਕੋਵਿਡ ਸੈਂਟਰ ਖੋਲ੍ਹਿਆ ਇਹਨਾਂ ਨੇ ਰਕਾਬਗੰਜ ਸਾਹਿਬ ਹੀ ਉੱਥੇ ਗਾਣੇ ਡਾਂਸ ਕਰਵਾ ਦਿੱਤੇ ਇਹਨਾਂ ਨੂੰ ਬਿਲਕੁਲ ਸ਼ਰਮ ਨਹੀਂ ਆਈ ਬਾਅਦ ਨੂੰ ਕਹਿੰਦੇ ਜੀ ਸਾਨੂੰ ਪਤਾ ਨਹੀਂ ਸੀ ਸਾਡੇ ਤੋਂ ਫਿਰ ਮਾਫੀਆਂ ਮੰਗ ਰਹੇ ਨੇ ਇਹਨਾਂ ਨੂੰ ਤਾਂ ਹਿੰਦੁਸਤਾਨ ਦੇ ਏਅਰਪੋਰਟਾਂ 'ਤੇ ਅਜੇ ਇਹਨਾਂ ਦੀ ਪਾਬੰਦੀ ਲੱਗੀ ਹੈ ਮੈਂ ਤਾਂ ਕਹਿੰਦਾ ਇਹਨਾਂ ਨੂੰ ਤਾਂ ਗੁਰੂ ਘਰ 'ਚ ਨਹੀਂ ਵੜਨਾ ਚਾਹੀਦਾ ਇਹਨਾਂ ਦੀ ਹੁਣ ਇੱਥੋਂ ਵੀ ਪਾਬੰਦੀ ਲਾ ਦੇਣੀ ਚਾਹੀਦੀ ਹੈ ਜਾਂ ਮਨਜੀਤ ਸਿੰਘ GK ਦੇ ਉੱਤੇ ਚੋਰੀ ਦਾ ਇੰਜਾਮ ਲੱਗਿਆ ਅਤੇ ਬਾਦਲ ਨੇ ਫੱਟ ਉਹਨਾਂ ਨੂੰ ਅਸਤੀਫਾ ਦਿਵਾ ਕੇ ਬਾਹਰ ਕੱਢਤਾ ਅਤੇ ਫਿਰ ਮਨਜਿੰਦਰ ਸਿੰਘ ਸਿਰਸਾ ਕਿਉਂ ਨਹੀਂ ਉਸ ਤੋਂ ਅਸਤੀਫਾ ਕਿਉਂ ਨਹੀਂ ਲੈ ਰਹੇ ਉਹਨੂੰ ਬਾਹਰ ਕਿਉਂ ਨਹੀਂ ਕੱਢ ਰਹੇ ਕਿਉਂਕਿ ਉਹਨਾਂ ਦਾ ਇੱਧਰ ਦਾ ਸੰਭਾਲਣ ਵਾਲਾ ਇੱਕ ਕਹਿ ਸਕਦੇ ਹੋ ਏਜੰਟ ਹੈ ਤਾਂ ਕਰਕੇ ਬਾਦਲਾਂ ਨੂੰ ਤਾਂ ਅਜੇ ਬਹੁਤ ਭੁਗਤਾਨ ਕਰਨਾ ਹੈ 2015 ਦੇ ਵਿੱਚ ਬਰਗਾੜੀ ਕਾਂਡ ਤੋਂ ਲੈ ਕੇ ਉਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਨਰਾਦਰੀ ਜਿਹੜੇ ਲੋਕ ਕਹਿੰਦੇ ਬੇਦਵੀ ਹੋਈ ਸੀ ਬੇਦਵੀ ਤਾਂ ਕੋਈ ਕੋਈ ਅੱਜ ਤੱਕ ਜੰਮਿਆ ਨਹੀਂ ਕਰਨ ਵਾਲਾ ਨਰਾਦਰੀ ਹੋਈ ਸੀ ਉਦੋਂ ਵੀ ਜਵਾਬ ਦੇਣਾ ਅਤੇ ਇਹ ਕਹਿੰਦੇ ਨੇ ਕਿ ਉਹ ਨਰਾਦਰੀ ਨਹੀਂ ਹੋਈ ਸੀ ਆਉਣ ਵਾਲੇ ਵਕਤ ਵਿੱਚ ਸਾਧ ਸੰਗਤ ਜੀ ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨਾਂ ਤਕਰੀਬਨ ਆਉਣ ਵਾਲੀਆਂ ਨੇ ਹੋ ਸਕਦਾ ਅਗਸਤ ਦੇ ਮਹੀਨੇ ਦੇ ਵਿੱਚ ਕਿਸੇ ਦਿਨ ਵੀ ਹੋ ਜਾਵਨ ਇਹ ਤੁਹਾਡੇ ਕੋਲ ਆਵਾਂ ਇਹਨਾਂ ਕੋਲ ਜਵਾਬ ਜ਼ਰੂਰ ਮੰਗਣਾ ਇਹ ਤੁਹਾਨੂੰ ਸਿਰਫ ਗੁੰਮਰਾਹ ਕਰ ਰਹੇ ਨੇ ਇਹਨਾਂ ਨੇ ਵੱਡੀ ਵੱਡੀਆਂ ਇੱਕ ਲਾਂਚ ਕਰਤੀਆਂ ਕਿ ਅਸੀਂ 25,000 ਦੇਵਾਂਗੇ 5,000 ਦੇਵਾਂਗੇ 1,000 ਦੇਵਾਂਗੇ ਮੇਰੇ ਤੋਂ ਲਿਖ ਕੇ ਲੈ ਲਓ ਤੁਸੀਂ ਇਲੈਕਸ਼ਨ ਹੋਣੇ ਤੋਂ ਬਾਅਦ ਇਹਨਾਂ ਨੇ ਤੁਹਾਨੂੰ ਕਿਸੇ ਨੂੰ ਨਹੀਂ ਪੁੱਛਣਾ ਸਿਰਫ ਅਤੇ ਸਿਰਫ ਇੱਕ ਜੁਮਲਾ ਹੋਰ ਕੁਛ ਨਹੀਂ ਹੈ ਇਹ ਜੋ ਕੰਮ ਸਰਕਾਰ ਨੇ ਬਹੁਤ ਲੇਟ ਕੀਤਾ ਜਿਹੜਾ ਕਿ ਜੱਜ ਸਾਹਿਬ ਨੇ ਇਹ ਬਹੁਤ ਪਹਿਲੇ ਹੋ ਜਾਣਾ ਚਾਹੀਦਾ ਸੀ ਹੁਣ ਇਹਨਾਂ ਕੋਈ ਰਸਤਾ ਨਹੀਂ ਬਚਿਆ ਭੱਜਣ ਦਾ ਸਿਰਫ ਅਤੇ ਇੱਕੋ ਰਸਤਾ ਸੰਗਤ ਹੀ ਜਾ ਕੇ ਮਾਫ਼ੀ ਮੰਗਣ ਅਤੇ ਰਿਜ਼ਾਈਨ ਦੇਵਣ ਅਤੇ ਆਪਣੇ ਘਰ ਬਹਿ ਜਾਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ